ਹੌਣ ਜਿਹੜਾ ਵੱਡੀ ਨਦੀ ਦੇ ਵਿੱਚ ਪਾਣੀ ਆ ਉਹਦਾ ਲੈਵਲ ਜਿਹੜਾ ਉਹ ਘਟ ਚੁੱਕਿਆ। ਉੱਥੇ ਹੀਰਾ ਬਾਗ ਦੇ ਜਿਹੜਾ ਨਾਲ ਪੁੱਲ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਉਹ ਪੁੱਲ ਜਿਹੜਾ ਹੈ ਉਹ ਤਸ ਚੁੱਕਿਆ ਹੈ। ਸਰਾਜਪੁਰਾ ਰੋਡ ਦੇ ਉੱਤੇ ਜਿਹੜੀ ਟ੍ਰੈਫਿਕ ਨਿਕਲਦੀ ਹੈ ਸੜਕ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਤਸ ਗਿਆ ਹੈ। ਚਾਰ ਜਣੇ ਇੱਕ ਕਾਰ ਦੇ ਵਿੱਚ ਫਸੇ ਹੋਏ ਸੀਗੇ ਜਿਹੜੇ ਤਿੰਨੇ ਦਿਨਾਂ ਤੋਂ ਭੁੱਕੇ ਸੀਗੇ। ਨੂੰ ਤਾਂ ਉਹਦੇ ਪੁੱਛਦੇ ਨੇ ਜਦੋਂ ਕੋਈ ਡੁੱਬ ਜਾਂਦਾ ਜਾਂ ਜਦੋਂ ਕੋਈ ਹਾਸਾ ਹੋ ਜਾਂਦਾ ਉਦੋਂ ਹੀ ਗੋਤਾ ਖੋ ਰਿਆ ਦਤਾ ਹਿਮਾਚਲ ਦੇ ਵਿੱਚ ਲਗਾਤਾਰ ਆਈ ਤਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜਾ ਪਾਣੀ ਦਾ ਕੈਰਾ ਉਹ ਲਗਾਤਾਰ ਵੱਧਾ ਜਾ ਰਿਹਾ ਸੀ ਜਿਸ ਤੋਂ ਬਾਅਦ ਪਟਿਆਲਾ ਦੀ ਗੱਲ ਕੀਤੀ ਆਵੇ ਪਟਿਆਲਾ ਦੇ ਵਿੱਚ ਵੀ ਜਿਹੜਾ ਹੜ ਵਰਗੀ ਸਥਿਤੀ ਆ ਜੁੜੀ ਹੈ ਉਹ ਉਹ ਬਣ ਚੁੱਕੀ ਸੀ ਪਰ ਰਾਤ ਭਰੀ ਖਬਰ ਇਹ ਹੈ ਕਿ ਹੁਣ ਜਿਹੜਾ ਵੱਡੀ ਨਦੀ ਦੇ ਵਿੱਚ ਪਾਣੀ ਆ ਉਹਦਾ ਲੈਵਲ ਜਿਹੜਾ ਉਹ ਘਟ ਚੁੱਕਿਆ ਪਨ ਤਾਂ ਤਾਂ ਦਸਵੀਂ ਦਿਖਾ ਦਈਏ ਬਿਲਕੁਲ ਵੱਡੀ ਨਦੀ ਦੀ ਜਿੱਥੇ ਕੀ ਪਾਣੀ ਦਾ ਲੈਵਲ ਜਿਹੜਾ ਉਹ ਕੁਝ ਅ ਸਥਿਰ ਹੋਇਆ ਜਾਨਕਿ ਪਾਣੀ ਦਾ ਲੈਵਲ ਜਿਹੜਾ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਉਹ ਘਟ ਚੁੱਕਾ ਸੋ ਪਟਿਆਲੇ ਵਾਸੀਆਂ ਨੂੰ ਰਾਤਪਰੀ ਖਬਰ ਹੈ ਕਿਉਂਕਿ ਲਗਾਤਾਰੇ ਪਟਿਆਲਾ ਵਾਸੀ ਨੇ ਉਹ ਸਹਿਮ ਭਰੀ ਜਿਹੜੀ ਜਿੰਦਗੀ ਜੀ ਰਹੇ ਸਨ ਕੀ ਕੀ ਬਣੇਗਾ ਜਿਹੜਾ ਪਾਣੀ ਜਿਹੜਾ ਫਲੋ ਲਗਾਤਾਰ ਵਧਦਾ ਜਾ ਰਿਹਾ ਤਾਂ ਉਸ ਕਰਕੇ ਜਿਹੜਾ ਹੁਣ ਰਾਤਪਰੀ ਖਬਰ ਹੈ ਕਿ ਵੱਡੀ ਨਦੀ ਦੀ ਜਿਹੜਾ ਪਾਣੀ ਆ ਉਹ ਕਿਤਨਾ ਕਿਤੇ ਘਟ ਚੁੱਕਾ ਤੇ ਇੱਕ ਤੁਹਾਨੂੰ ਹੋਰ ਜਾਣਕਾਰੀ ਸਾਂਝੀ ਕਰਦੀ ਹੈ ਬਿਲਕੁਲ ਜਿਹੜਾ ਤੇਜਬਾ ਕਲੋਨੀ ਦੇ ਨਾਲ ਬਿਲਕੁਲ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜਾ ਸਥਿਤੀ ਆ ਬਿਲਕੁਲ ਉੱਥੇ ਵੀ ਜਿਹੜਾ ਸਥਿਤੀ ਬਿਲਕੁਲ ਠੀਕ ਹੈ ਰਾਜਪੁਰਾ ਦੇ ਜਿਹੜਾ ਰਾਜਪੁਰਾ ਰੋਡ ਦੀ ਗੱਲ ਕੀਤੀ ਆਵੇ ਜਿੱਥੇ ਕੀ ਹੀਰਾ ਬਾਗ ਹੈ ਉੱਥੇ ਹੀਰਾ ਬਾਗ ਦੇ ਜਿਹੜਾ ਨਾਲ ਪੁੱਲ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਉਹ ਪੁੱਲ ਜਿਹੜਾ ਹੈ ਉਹ ਤਸ ਚੁੱਕਾ ਹੈ ਜੇਕਰ ਕੋਈ ਪਟਿਆਲੇ ਤੋਂ ਰਾਜਪੁਰੇ ਨੂੰ ਜਾ ਰਿਹਾ ਜਾਂ ਰਾਜਪੁਰੇ ਤੋਂ ਪਟਿਆਲੇ ਨੂੰ ਆ ਰਿਹਾ ਤਾਂ ਕਿਰਪਾ ਕਰਕੇ ਇਸ ਜਗ੍ਹਾ ਤੇ ਨਾ ਆਇਆ ਜਾਵੇ ਕਿਉਂਕਿ ਇੱਥੇ ਜਿਹੜੇ ਹਾਲਾਤ ਨੇ ਉਹ ਇਸ ਕਦਰ ਹੋ ਚੁੱਕੇ ਨੇ ਕਿ ਜਿਹੜਾ ਪੁੱਲਾ ਉਹ ਤਸ ਚੁੱਕਾ ਹੈ ਮਾ ਆਪਣੇ ਕੈਮਰਾਮੈਨ ਨੂੰ ਕਵਾਂਗਾ ਕਿ ਇਹ ਤਸਵੀਰ ਦਿਖਾਈ ਜਾਵੇ ਜਿਹੜਾ ਪੁੱਲਾ ਹੋਤਾ ਸੁੱਕਾ ਕਿਉਂਕਿ ਲਗਾਤਾਰ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਸੀ ਕੱਲ ਤੋਂ ਇਸ ਪੁੱਲ ਦੇ ਉੱਪਰ ਭਾਰੀ ਵਾਹਨ ਨਾ ਲੰਘਾਏ ਜਾਣ ਪਰ ਇਹ ਪੁੱਲ ਜਿਹੜਾ ਹੁਣ ਕਿਤੇ ਨਾ ਕਿਤੇ ਛੱਡ ਚੁੱਕਾ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਇੱਥੋਂ ਦੀ ਲੰਘ ਰਹੇ ਨੇ ਤਾਂ ਇੱਥੋਂ ਨਾ ਲੰਘਣ ਤਾਂ ਜੋ ਕਿਸੇ ਤਰ੍ਹਾਂ ਦੀ ਜੜੀ ਹੈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਤੋ ਸਾਡੇ ਵਿੱਚ ਜਿਹੜੇ ਇੱਥੇ ਦੇ ਵਾਸੀ ਨੇ ਲੋਕ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਪਾਰ ਮੰਡਲ ਤੋਂ ਜਿਹੜੇ ਲਗਾਤਾਰ ਸੇਵਾ ਕਰਦੇ ਨੇ ਵਪਾਰ ਮੰਡਲ ਦੇ ਪ੍ਰਧਾਨ ਉਹ ਵੀ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਸਥਿਤੀ ਆ ਤੁਸੀਂ ਸੇਰੀ ਤੇ ਰਹਿੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਉਸ ਪਰਮਾਤਮਾ ਦਾ ਮੈਂ ਸ਼ੁਕਰ ਕਰੂੰਗਾ ਵੀ ਜੋ 3-4 ਦਿਨ ਤੋਂ ਮਾਹੌਲ ਬਣਿਆ ਹੋਇਆ ਸੀ ਇੰਨੀ ਬਾਰਿਸ਼ ਦੇ ਨਾਲ ਇੰਨੇ ਪਾਣੀ ਦੇ ਨਾਲ ਖਤਰਾ ਹੀ ਖਤਰਾ ਸੀ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਸੀ ਤਾਂ ਸਾਨੂੰ ਕੱਲ ਸ਼ਾਮ ਤੋਂ ਸਾਨੂੰ ਕਾਫੀ ਵੱਡਾ ਰੀਲਿਫ ਮਿਲਿਆ ਤਾਂ ਮੈਂ ਉਸ ਪਰਮਾਤਮਾ ਮੈਂ ਧੰਨਵਾਦ ਕਰਦਾ ਹਾਂ ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇਸ ਟਾਈਮ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਜਾਵੇ ਪਾਣੀ ਘਟ ਰਿਹਾ ਥੋੜਾ ਟਾਈਮ ਲੱਗਦਾ ਘਟਣ ਨੂੰ ਇਸ ਟਾਈਮ ਅਸੀਂ ਬੜੀ ਨਦੀ ਰਾਜਪੁਰਾ ਰੋਡ ਤੇ ਖੜੇ ਹਾਂ ਤਾਂ ਤਕਰੀਬਨ ਸਵਾ 13 13 ਫੁੱਟ ਪਾਣੀ ਹੈ ਜਿਹੜਾ ਕਿ ਸਵਾ 17 ਤੱਕ ਪਹੁੰਚ ਗਿਆ ਸੀ ਜਿਹੜੀ ਅੱਜ ਦੀ ਖਬਰ ਹੈ ਵੀ ਇਸ ਰਾਜਪੁਰਾ ਰੋਡ ਦੇ ਉੱਤੇ ਜਿਹੜੀ ਟ੍ਰੈਫਿਕ ਨਿਕਲਦੀ ਹੈ ਸੜਕ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਤਸ ਗਿਆ ਹੈਗਾ ਉਹਦੇ ਨਾਲ ਮੈਂ ਬਾਰੀ-ਬਾਰੀ ਦੱਸਣਾ ਚਾਹਾਂਗਾ ਵੀ ਪਾਣੀ ਦਾ ਇਧਰ ਆਉਂਦਾ ਕੋਈ ਸਕੋਪ ਨਹੀਂ ਹੈਗਾ ਸਿਰਫ ਟ੍ਰੈਫਿਕ ਵਾਸਤੇ ਦਿੱਕਤ ਆਈ ਹੈ ਵੇ ਕੋਈ ਡਰਨ ਦੀ ਲੋੜ ਨਹੀਂ ਹੈ ਇਹ ਨਾ ਸੋਚਿਆ ਜਾਵੇ ਵੀ ਅੱਤਸਰ ਨਾਲ ਪਾਣੀ ਆ ਜਾਊਗਾ ਪਾਣੀ ਨੂੰ ਕੋਈ ਦਿੱਕਤ ਨਹੀਂ ਹੈ ਬਾਰਿਸ਼ ਹੋਣ ਕਰਕੇ ਟ੍ਰੈਫਿਕ ਦੇ ਲੰਘਣ ਕਰਕੇ ਇਹ ਥੋੜਾ ਜਿਹਾ ਹਿੱਸਾ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਥੇ ਟ੍ਰੈਫਿਕ ਬੰਦ ਕਰ ਦਿੱਤਾ ਗਿਆ ਹੈਗਾ ਵੀ ਰਾਜਪੁਰਾ ਰੋਡ ਦੇ ਉੱਪਰ ਕੋਈ ਵੀ ਨਾ ਆਵੇ ਜਿਸ ਨੇ ਵੀ ਕਿਤੇ ਜਾਣਾ ਆਣਾ ਚਪਟਾਲਾ ਤੋਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਤੋਂ ਪਟਿਆਲਾ ਆਣਾ ਥਾ ਉਹ ਦੂਸਰਾ ਰਸਤਾ ਕੋਈ ਵੀ ਵਰਤ ਕੇ ਜਾ ਸਕਦਾ ਹੈਗਾ ਮੈਂ ਇੱਥੇ ਫੇਰ ਇਹ ਗੱਲ ਕਹੂੰਗਾ ਵੀ ਜਿਹੜਾ ਹਿੱਸਾ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਜਿੱਥੇ ਅਸੀਂ ਖੜੇ ਆਂ ਵੀ ਬਿਲਕੁਲੋ ਟ੍ਰੈਫਿਕ ਵਾਸਤੇ ਬੰਦ ਕੀਤਾ ਗਿਆ ਵੀ ਪਾਣੀ ਨੂੰ ਕੋਈ ਦਿੱਕਤ ਨਹੀਂ ਹੈ ਵੀ ਪਾਣੀ ਕੋਈ ਸ਼ਹਿਰ ਬਲਾ ਸਕਦਾ ਹੈਗਾ ਜਾਂ ਪਾਣੀ ਕਿਸੇ ਪਾਸੇ ਵੀ ਆ ਸਕਦਾ ਹੈਗਾ ਸਿਰਫ ਟ੍ਰੈਫਿਕ ਵਾਸਤੇ ਦਿੱਕਤ ਹੈ ਮੈਂ ਇਸ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨ ਦਾ ਮੈਂ ਸਨਿਹਾ ਵੀ ਦਿੰਨਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਡਾਕਟਰ ਬਲਵੀਰ ਸਿੰਘ ਜੀ ਵੱਲੋਂ ਹਰ ਤਰੀਕੇ ਦੀ ਜਿਹੜੀ ਸਹਾਇਤਾ ਕੀਤੀ ਜਾ ਰਹੀ ਹੈ ਬਲਤੇਜ ਪੰਨੂ ਐਮ ਐਲ ਏ ਸਾਰੇ ਚੇਅਰਮੈਨ ਸਾਰੇ ਲੋਕ ਲੱਗੇ ਹੋਏ ਨੇ ਅਸੀਂ ਵੀ ਲੱਗੇ ਹੋਏ ਆਂ ਮੈਂ 29 ਨੰਬਰ ਵਾਰਡ ਤੋਂ ਮੈਡਮ ਐਮ ਸੀ ਸੁਨੀਤਾ ਗੁਪਤਾ ਮੈਂ ਰਕੇਸ਼ ਗੁਪਤਾ ਵਪਾਰ ਮੰਡਲ ਲਗਿਆ ਹਰ ਬੰਦਾ ਇੱਕ ਦੂਜੇ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਹੈ ਧੰਨਵਾਦ ਜਿਸ ਤਰ੍ਹਾਂ ਕਿਹਾ ਕਿ ਇੱਕ ਦੂਜੇ ਦੀ ਮਦਦ ਉੱਪਰ ਲੱਗਾ ਤੁਹਾਨੂੰ ਇਹ ਜਿਹੜਾ ਪੁਲ ਦਿਖਾ ਦਈਏ ਜਿਹੜਾ ਪੁਲ ਧਾ ਚੁੱਕਿਆ ਉਹ ਹੁਣ ਬੰਦ ਕਰਤਾ ਗਿਆ ਤਾਂ ਇੱਥੇ ਐਮਰਜੈਂਸੀ ਦੇ ਵਾਸਤੇ ਜਿਹੜਾ ਗੋਤਾਖੋਰ ਦੀ ਟੀਮ ਹੈ ਉਹ ਵੀ ਬੁਲਾਤੀ ਗਈ ਹੈ ਕਿਉਂਕਿ ਇੱਥੇ ਆ ਗੋਤਾਖੋਰ ਜਿਹੜੇ ਮੁਖੀ ਨੇ ਅਭੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਤੁਸੀਂ ਉਰੇ ਆਇਓ ਪ੍ਰਸ਼ਾਸਨ ਨੇ ਬੁਲਾਇਆ ਗਿਆ ਕੀ ਪ੍ਰੋਸੈਸ ਆ ਉਹਨੂੰ ਰੇ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਸਾਨੂੰ ਤੁਸੀਂ ਸਾਡੇ ਤੱਕ ਪਹੁੰਚੇ ਹੋ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਅਸੀਂ ਪਰਸੋ ਦੇ ਇੱਥੇ ਲੱਗੇ ਪਏ ਆਂ ਇਸ ਨਦੀ ਦੇ ਵਿੱਚ ਪਹਿਲਾਂ ਪਰਸੋਂ ਅਸੀਂ ਬਾਉ 22 ਗਊਆਂ ਕੱਡੀਆਂ ਨੇ ਜਿਹੜੀਆਂ ਨੇ ਤੇ ਮੱਝਾਂ ਜਿਹੜੀ ਲੋਕਾਂ ਦੀ ਫਸੀ ਹੋਈ ਸੀ ਉਹ ਕੱਡੀਆਂ ਨੇ ਕੱਲ ਸਾਰਾ ਜਿਹੜਾ ਪ੍ਰੋਸੀਜਰ ਸੀਗਾ ਸਰਚ ਆਪਰੇਸ਼ਨ ਕੱਲ ਇੱਕ ਪਰਿਵਾਰ ਜਿਹੜਾ ਸੀਗਾ ਉਹ ਤਿੰਨੇ ਦਿਨਾਂ ਤੋਂ ਭੁੱਖਾ ਸੀ ਮੇਰੇ ਕੋਲ ਵੀਡੀਓ ਵੀ ਹੈ ਸਾਰਾ ਕੁਝ ਮੀਡੀਆ ਵੀ ਉੱਤੇ ਸੀਗਾ ਤਕਰੀਬਨ ਤੇ ਚਾਰ ਜਣੇ ਇੱਕ ਘਰ ਦੇ ਵਿੱਚ ਫਸੇ ਹੋਏ ਸੀਗੇ ਜਿਹੜੇ 3 ਦਿਨਾਂ ਤੋਂ ਭੁੱਖੇ ਸੀਗੇ ਕਿਉਂਕਿ ਪਾਣੀ ਆਨ ਕਾਰਨ ਉਹਨਾਂ ਕੋਲ ਇਨਾ ਰਸਨ ਪੱਤ ਕੁਝ ਵੀ ਨਹੀਂ ਸੀਗਾ ਤੇ ਉਹਨਾਂ ਨੂੰ ਅਸੀਂ ਕੱਲ ਕਿਸੇ ਤਰ੍ਹਾਂ ਉਹ ਹੱਥ ਜੋੜਦੇ ਰਹੇ ਪਿਰੋਂਦੇ ਰਹੇ ਤੇ ਕਿਸੇ ਤਰ੍ਹਾਂ ਕੋਤਾ ਕਿਉਂਕਿ ਸਾਡੇ ਕੋਲ ਬੋਟ ਨਹੀਂ ਸੀਗੀ ਸਾਡੇ ਕੋਲ ਕੋਈ ਸਾਧਨ ਨਹੀਂ ਹੈਗਾ ਅਸੀਂ ਐਡੇ ਕੋਈ ਅਮੀਰ ਕੋਤਾਖੋਰ ਨਹੀਂ ਹੈਗੇ ਨਾ ਸਾਨੂੰ ਕੋਈ ਸਰਕਾਰ ਪੁੱਛਦੀ ਹੈ ਸਾਨੂੰ ਕੋਈ ਨਹੀਂ ਪੁੱਛਦਾ ਹੈਗਾ ਸਾਨੂੰ ਤਾਂ ਉਹਦੇ ਪੁੱਛਦੇ ਨੇ ਜਦੋਂ ਕੋਈ ਡੁੱਬ ਜਾਂਦਾ ਜੇ ਜਦੋਂ ਕੋਈ ਹਾਸਾ ਹੋ ਜਾਂਦਾ ਉਦੋਂ ਹੀ ਗੋਤਾ ਖੋ ਰਿਆ ਜਾਂਦਾ ਅੱਜ ਦੀ ਗੱਲ ਕੀਤੀ ਆ ਭਾਈ ਜਦੋਂ ਪਾੜ ਪਿਆ ਵੀ ਤੁਹਾਨੂੰ ਨੇ ਬੁਲਾਇਆ ਗਿਆ ਕਿ ਅਮਰਜੈਂਸੀ ਵਿੱਚ ਅਸੀਂ ਇਸ ਕਰਕੇ ਆਏ ਆ ਇਹ ਦਫਤਰ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ ਸ਼ਾਇਦ ਦਫਤਰ ਹੈ ਇੱਥੇ ਅਸੀਂ ਤਾਂ ਆਏ ਆ ਇੱਥੇ ਸਾਨੂੰ ਬੁਲਾਇਆ ਗਿਆ ਵੀ ਕਿਤੇ گاਵਾ ਮੱਜਾਂ ਜਾਂ ਇਨਸਾਨ ਜਿੱਥੇ ਫਸੇ ਨੇ ਉਥੇ ਰੈਸਕੂ ਕਰਕੇ ਵੀ ਉੱਥੋਂ ਤੋਂ ਬੰਦੇ ਕੱਢੇ ਜਿੱਥੇ ਜਿੱਥੇ ਪਾਣੀ ਹੈ ਮੇਨ ਨਦੀ ਜਿਹੜੀ ਹੈਗੀ ਹੈ ਇੱਥੇ ਤਾਂ ਪਾਣੀ ਤਾਂ ਤੁਸੀਂ ਦੇਖ ਹੀ ਲਿਆ ਵੀ ਬਹੁਤ ਘੱਟ ਹੋ ਗਿਆ ਲੋਕ ਆਪਣੇ ਆਪਣੇ ਘਰਾਂ ਚ ਜਾਣ ਲੱਗੇ ਕੱਲ ਅਸੀਂ 14 گاਵਾ ਹੋਰ ਕੱਡੀਆਂ ਜਿਹੜੀ ਗਊਸ਼ਾਲਾ ਚ ਬਚੇ ਅ ਸਸਨਾ ਗੋਤਾਖੋਰਾਂ ਦੀ ਗੱਲ ਕੀਤੀ ਆਵੇ ਉਹਨਾਂ ਦੀ ਟੀਮ ਵੱਲੋਂ ਵੀ ਜਿਹੜਾ ਆਪਣੇ ਪੱਧਰ ਤੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਈਏ ਆ ਜਿਹੜਾ ਪੁੱਲਾ ਉਹ ਤਸ ਚੁੱਕਿਆ ਤੇ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਲੋਕ ਨੇ ਉਹ ਇਸ ਜਗ੍ਹਾ ਤੋਂ ਨਾ ਲੰਘਣ ਤੇ ਰੋੜ ਜਿਹੜੀ ਬਿਲਕੁਲ ਆ ਉਹ ਬੰਦ ਕਰਤੀ ਗਈ ਆ ਕਿਉਂਕਿ ਇਹ ਰਾਜਪੁਰਾ ਰੋੜ ਜਿਹੜੀ ਮੇਨ ਰੋੜ ਜਾਂਦੀ ਆ ਤਾਂ ਇਹ ਰੋੜ ਜਿਹੜੀ ਬਿਲਕੁਲ ਆ ਬੰਦ ਕਰਤੀ ਗਈ ਆ ਤਾਂ ਪ੍ਰਸ਼ਾਸਨ ਵੱਲੋਂ ਪੂਰੇ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਕੀਤੇ ਗਏ ਨੇ ਉਹ ਤਸਵੀਰ ਤੁਸੀਂ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜੇ ਪੁਕਤਾ ਪ੍ਰਬੰਧ ਨੇ ਉਹ ਕੀਤੇ ਗਏ ਨੇ ਕਿਉਂਕਿ ਰस्सियां ਦੇ ਨਾਲ ਜਿਹੜਾ ਰੋੜਾ ਬਿਲਕੁਲ ਉਹ ਬੰਦ ਕਰਤੀ ਗਈ ਹੈ ਇੱਕ ਰਾਤ ਭਰੀ ਖਬਰ ਇਹ ਵੀ ਹੈ ਕਿ ਜਿਹੜਾ ਪਾਣੀ ਦਾ ਲੈਵਲ ਹੈ ਉਹ ਘਟ ਚੁੱਕਿਆ ਸੋ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਜਗ੍ਹਾ ਤੋਂ ਨਾ ਲੰਘੋ ਕਿਉਂਕਿ ਅਜੇ ਖਤਰੇ ਦੀ ਜਿਹੜੀ ਘੰਟੀ ਆ ਉਹ ਵੱਜ ਚੁੱਕੀ ਹੈ ਤੇ ਪ੍ਰਸ਼ਾਸਨ ਜਿਹੜਾ ਆਪਣੇ ਪੱਧਰ ਤੇ ਜਿਹੜਾ ਕੰਮ ਆ ਉਹ ਲਗਾਤਾਰ ਕਰ ਰਿਹਾ ਹੈ ਸੋ ਇਹ ਪਾਣੀ ਜਿਹੜੀ ਹੈ ਲੈਵਲ ਜਿਹੜਾ ਉਹ ਕਿੰਨਾ ਕਿਤੇ ਵਧਦਾ ਪਹਿਲਾਂ ਜਾ ਰਿਹਾ ਸੀ ਤੇ ਹੁਣ ਜਿਹੜੀ ਰਾਤ ਦੀ ਖਬਰ ਇਹ ਹੈ ਜਿਹੜਾ ਹੁਣ ਪਾਣੀ ਦਾ ਲੈਵਲ ਹੈ ਉਹ ਘਟ ਚੁੱਕਿਆ ਹੈ ਸਭ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਅਧਿਕਾਰੀ ਸਹਬਾਨ ਤੇ ਪਹੁੰਚ ਚੁੱਕੇ ਨੇ ਤੇ ਇੱਥੇ ਜਗ੍ਹਾ ਦਾ ਜਿਹੜਾ ਹੈ ਨਿਮੁਆਇਨਾ ਕਰ ਰਹੇ ਨੇ ਤੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਇਸ ਜਗ੍ਹਾ ਤੇ ਨਾ ਲੰਘਿਆ ਜਾਵੇ ਤੇ ਤੁਹਾਨੂੰ ਦੇਖ ਸਕਦੇ ਆ ਕਤਵਾਲੀ ਦੇ ਐਸਐਚਓ ਸਹਬਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਇਸ ਜਗ੍ਹਾ ਤੇ ਨਾ ਲੰਘਿਆ ਜਾਵੇ ਕਿਉਂਕਿ ਇਸ ਜੋਗ ਰੋਡ ਤੇ ਪਹਾੜੀ ਜਿਹੜੇ ਵਾਹ ਲੰਘਦੇ ਨੇ ਤਾਂ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਇਸ ਜਗ੍ਹਾ ਤੇ ਨਾ ਲੰਘਾ ਸਤ ਸੂਰੇ ਆਓ ਸਰ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਕਿਉਂਕਿ ਇਹ ਪ ਡਿਵਰਜਨ ਕੀਤੀ ਹੋਈ ਹੈ ਜੀ ਅਰਬਨ ਸਟ੍ਰੀਟ ਸਾਈਡ ਤੋਂ ਡਿਵਰਜਨ ਆ ਸਰਹੰਦ ਬਾਈਪਾਸ ਨੂੰ ਐਂਡ ਸੈਕੰਡ ਸੰਗਰੂਰ ਬਾਈਪਾਸ ਨੂੰ ਅਵੋਇਡ ਕੀਤਾ ਜਾਵੇ ਜੀ ਆ ਰੋਡ ਤਾਂ ਕਿ ਟ੍ਰੈਫਿਕਸ ਵੀ ਨਾ ਚਾਇਸ ਆਵੇ ਜੀ ਸਾਡੀ ਇਹੀ ਅਪੀਲ ਹੈ ਲੋਕਾਂ ਨੂੰ ਸਾਡਾ ਸਾਥ ਦੇਣ ਤਾਂ ਕਿ ਆਪਣਾ ਜੋ ਟ੍ਰੈਫਿਕ ਡਿਵਰਜਨਸ ਕੀਤੀਆਂ ਨੇ ਉਹਨੂੰ ਲਾਗੂ ਕੀਤਾ ਜਾ ਸਕੇ ਐਸਟੀਓ ਸਹਿਬਾਨ ਨੇ ਕਿਹਾ ਕਿ ਜਿਹੜੇ ਰੂਟ ਬਦਲਨੇ ਕਿਤੇ ਗਏ ਨੇ ਤਾਂ ਉਸ ਰੂਟ ਤੋਂ ਜਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਜਿਹੜਾ ਖੱਜਲ ਖਵਾਜ ਦਾ ਸਾਹਮਣਾ ਨਾ ਕਰਨਾ ਪਵੇ ਸੋ ਤੁਸੀਂ ਵੀ ਦੇਖ ਸਕਦੇ ਹੋ ਜਿਹੜੀ ਸੇਵਾ ਉਹ ਲਗਾਤਾਰ ਜਾਰੀ ਹੈ ਸੋ ਅਸੀਂ ਗੱਲਬਾਤ ਕਰਾਂਗੇ ਆ ਜਿਹੜੇ ਇੱਥੇ ਨਮਾnde ਸਹਿਬਾਨ ਪਹੁੰਚੇ ਨੇ ਆਮ ਆਦੀ ਪਾਰਟੀ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਕਿਉਂਕਿ ਇਹ ਪੁਲ ਤਾਂ ਆ ਚੁੱਕਿਆ ਹੈ ਕਿਉਂਕਿ ਕੱਲ ਤੋਂ ਅਸੀਂ ਲੋਕਾਂ ਨੂੰ ਜਾਗਰੂਤ ਕਰਵਾ ਰਹੇ ਸੀ ਪੁਲ ਦੇ ਉੱਪਰ ਨਾ ਲੰਘਿਆ ਜਾਵੇ ਵੀ ਇਹ ਪੁਲ ਧਸੇਗਾ ਤਾਂ ਅੱਜ ਉਹ ਤਸਵੀਰ ਬੜੀ ਬਿਲਕੁਲ ਸਾਹਮਣੇ ਆ ਗਈ ਹੈ ਬੜੇ ਸਹੀ ਪਿਕਚਰਾਂ ਤੁਸੀਂ ਪੇਸ਼ ਕਰ ਰਹੇ ਹੋ ਪ੍ਰਸ਼ਾਸਨ ਜੋ ਕੰਮ ਕਰ ਰਿਹਾ ਔਰ ਆਮ ਲੋਕ ਜੋ ਕੰਮ ਕਰ ਰਹੇ ਨੇ ਬੜੀ ਸਹੀ ਪਿਕਚਰ ਲੋਕਾਂ ਤੱਕ ਜਾ ਰਹੀ ਔਰ ਪ੍ਰਸ਼ਾਸਨ ਬਖੂਬੀ ਕੰਮ ਕਰ ਰਿਹਾ ਤੁਸੀਂ ਕੋਈ ਵੀ ਕੰਮ ਧਿਆਨ ਚ ਲਿਆਉਨੇ ਹੋ ਅਸੀਂ ਵੀ ਪਹੁੰਚਦੇ ਹਾਂ ਪ੍ਰਸ਼ਾਸਨ ਵੀ ਪਹੁੰਚਦਾ ਹੁਣ ਦੇਖਣ ਵਾਲੀ ਗੱਲ ਇਹ ਵੀ ਜ਼ਰੂਰੀ ਹੈ ਵੀ ਨੀਚੇ ਕੋਈ ਪਾਈਪ ਜਾ ਰਿਹਾ ਹੈ ਕ ਲੋਹੇ ਦਾ ਉਹ ਗੈਸ ਪਾਈਪ ਲਾਈਨ ਹੈ ਜਾਂ ਕੀ ਹੈ ਉਸ ਸੰਬੰਧਿਤ ਅਧਿਕਾਰੀਆਂ ਨੂੰ ਇੱਥੇ ਬੁਲਾਉਨੇ ਆ ਵੀ ਕੋਈ ਪੈਨਿਕ ਕ੍ਰੀਏਟ ਨਾ ਹੋਵੇ ਕੋਈ ਪੋਜੀਸ਼ਨ ਐਸੀ ਨਾ ਬਣੇ ਵੀ ਬਾਅਦ ਚ ਕੰਟਰੋਲ ਨਾ ਹੋਵੇ ਉਹ ਪ੍ਰਸ਼ਾਸਨ ਕੰਮ ਕਰ ਰਿਹਾ ਉਹ ਤੁਹਾਡਾ ਵੀ ਅਸੀਂ ਬਹੁ ਬਾਕੀ ਪਿੱਛੇ ਦੀ ਵੀ ਸਾਰੀ ਪੋਜੀਸ਼ਨ ਕਲੀਅਰ ਹੈ ਇਕਤਾ ਨਗਰ ਵਾਲਾ ਬੰਨ ਪੱਕਾ ਕਰ ਦਿੱਤਾ ਗਿਆ ਹੈ ਰਾਸ਼ਨ ਵੰਡਿਆ ਜਾ ਰਿਹਾ ਹੈ ਐਚਡੀ ਹੋਟਲ ਤੋਂ ਲੈ ਕੇ ਪੂਰਾ ਕੰਮ ਹੋ ਰਿਹਾ ਜੀ ਹੁਣ ਚਿੰਤਾ ਨਾ ਕਰੋ ਸ਼ਹਿਰ ਵਾਸੀ ਪੈਨਿਕ ਨਾ ਕ੍ਰੀਏਟ ਕਰਨ ਜਿੱਥੇ ਕਿਸੇ ਦੀ ਲੋੜ ਹੈ ਬੇਨਤੀ ਕਰਦੇ ਆਂ ਅਸੀਂ ਮਦਦ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਵੱਧ ਤੋਂ ਵੱਧ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬਿਲਕੁਲ ਜਿਸ ਤਰ੍ਹਾਂ ਆਮ ਲੋਕਾਂ ਵੱਲੋਂ ਵੀ ਜਿਹੜਾ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਹੈ ਚਾਹੇ ਕੋਈ ਪੱਤਰਕਾਰ ਆ ਜਾਂ ਕੋਈ ਹਰ ਇੱਕ ਪੇਸ਼ੇ ਦੇ ਨਾਲ ਜੁੜਿਆ ਹੋਇਆ ਆਪਣੀ ਪੱਤਰਕਾਰ ਦੇ ਨਾਲ-ਨਾਲ ਸਾਨੂੰ ਸਮਾਜ ਸੇਵਾ ਦੇ ਕੰਮ ਵੀ ਜਿਹੜਾ ਹੈ ਇਸ ਸਥਾਨ ਤੇ ਜਾ ਕੇ ਕਰਨੇ ਚਾਹੀਦੇ ਨੇ ਤਾਂ ਜੋ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਹੋ ਸਕੇ ਸੋ ਅਸੀਂ ਦੁਆਰਾ ਫੇਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜੇਕਰ ਕੋਈ ਚੰਡੀਗੜ੍ਹ ਤੋਂ ਰਾਜਪੁਰੇ ਤੋਂ ਇਸ ਜਗ੍ਹਾ ਤੋਂ ਆ ਰਿਹਾ ਤਾਂ ਨਹੀਂ ਜਾਬੇ ਕਿਉਂਕਿ ਇਹ ਪੁਲ ਜਿਹੜਾ ਤਸ ਚੁੱਕਿਆ ਕਿਉਂਕਿ ਇਹ ਰੋਡ ਜਿਹੜੀ ਆ ਬਿਲਕੁਲ ਬੰਦ ਕਰ ਦਿੱਤੀ ਗਿਆ ਤੇ ਬਦਲਵੇਂ ਜਿਹੜੇ ਰੂਟ ਨੇ ਉਹ ਨਿਰਧਾਰਿਤ ਕਰ ਦਿੱਤੇ ਗਏ ਨੇ ਜਿੱਥੇ ਕਿ ਲੋਕ ਆਪਣਾ ਰੂਟ ਚੇਂਜ ਕਰਕੇ ਆ ਸਕਦੇ ਨੇ ਸੋ ਅਸੀਂ ਤੁਹਾਨੂੰ ਤਸਵੀਰ ਅਸੀਂ ਲਗਾਤਾਰ ਚੜਦੀ ਕਲਾ ਟਾਈਮ ਟੀਵੀ ਤੇ ਦਿਖਾ ਰਹੇ ਆ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜੇ ਨੇ ਬੰਨ ਵੀ ਲਗਾ ਦਿੱਤੇ ਗਏ ਨੇ ਕਿ ਲੋਕ ਜਿਹੜੇ ਨੇ ਉਸ ਜਗ੍ਹਾ ਤੋਂ ਨਾ ਲੰਘਣ ਸੋ ਅਸੀਂ ਹਰ ਵਾਰ ਜਿਹੜੀ ਅਪੀਲ ਕਰਦੇ ਆ ਕਿ ਲੋਕਾਂ ਨੂੰ ਇਸ ਜਗ੍ਹਾ ਤੋਂ ਨਾ ਲੰਘਾ ਜਾਵੇ ਕਿਉਂਕਿ ਹੁਣ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ ਪਰ ਰਾਤ ਦੀ ਖਬਰ ਇਹ ਹੀ ਆ ਕਿ ਪਾਣੀ ਦਾ ਲੈਵਲ ਜਿਹੜਾ ਉਹ ਕਿਤੇ ਨਾ ਕਿਤੇ ਘਟ ਚੁੱਕਿਆ ਸੋ ਤਸਵੀਰ ਤੁਸੀਂ ਦੇਖ ਰਹੇ ਹੋ ਸਾਹਮਣੇ ਵੀ ਜਿਹੜਾ ਬਿਲਕੁਲ ਆ ਉਹ ਹੀਰਾ ਬਾਗੜਾ ਦਾ ਪੁਲਾ ਉੱਥੇ ਬੰਨ ਲਗਾ ਦਿੱਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦਾ ਡੀਰੀਅੰਸ ਖਾavikਟਣਾ ਨਾ ਵਾਪਰੇ ਸੋ ਅਸੀਂ ਆਲੇ ਦੁਆਲੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਡਰਨ ਦੀ ਲੋੜ ਨਹੀਂ ਆ ਪਾਣੀ ਜਿਹੜਾ ਹੈ ਇਧਰ ਐਸਸੀ ਨਗਰ ਤੇ ਬਿਸ਼ਨ ਨਗਰ ਦੇ ਕਰਨੀ ਜਿਹੜਾ ਨਹੀਂ ਛੱਡਾ ਜਾਵੇਗਾ ਪਹਿਲਾਂ ਜਿਹੜਾ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੁੱਲ ਦਾ ਰਾਲਾ ਕੰਮ ਹੈ ਉਹ ਲਗਾਤਾਰ ਕੀਤਾ ਜਾਵੇਗਾ ਅਜੇ ਪੈਨਿਕ ਕਰੇਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਸਾਥ ਦਿਓ ਕਿਉਂਕਿ ਇਹ ਦੁੱਖ ਦੀ ਘੜੀ ਹੈ ਹਰ ਇੱਕ ਨੂੰ ਜਿਹੜਾ ਦੁੱਖ ਦੀ ਘੜ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ